ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਖੇਤਰ ਜੱਤੋਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਗੰਗਸਰ ਜੱਤੋਂ ਵਿਖੇ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਕਿਸਾਨੀ ਸੰਘਰਸ਼ ਦੇ ਹੱਕੀ ਮੰਗਾਂ ਨੂੰ ਦਰਸਾਉਂਦੇ ਬੈਨਰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸੇਵਾਦਾਰ ਵੀਰਾਂ ਨੇ ਹੱਥਾਂ ਵਿੱਚ ਫੜ ਕੇ 메ਨ ਚੌਂਕ ਤੇ ਵਿੱਚ ਆਮ ਸੰਗਤ ਨੂੰ ਇਹ ਸਨੇਹਾ ਦਿੱਤਾ ਅਤੇ ਉਹਨਾਂ ਸੰਘਰਸ਼ੀ ਵੀਰਾਂ ਤੱਕ ਇਹ ਅਹਿਸਾਸ ਕਰਾਉਣ ਦਾ ਉਪਰਾਲਾ ਕੀਤਾ ਕਿ ਇਹ ਸੰਘਰਸ਼ ਦੇ ਵਿੱਚ ਸਾਰੇ ਹੀ ਮਿਹਨਤਕਸ਼ ਕਿਰਤੀ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਵੀਰ ਭੈਣਾ ਉਹਨਾਂ ਦੇ ਨਾਲ ਉਹਨਾਂ ਦੇ ਹੱਕ ਵਿੱਚ ਖੜੇ ਹਨ ਅਤੇ ਹਰ ਇੱਕ ਦੇ ਇਹ ਅਹਿਸਾਸ ਤੇ ਅਰਦਾਸ ਹੈ ਕਿ ਸਤਿਗੁਰੂ ਇਸ ਹੱਕ ਸੱਚ ਦੇ ਮੋਰਚੇ ਨੂੰ ਇਹ ਹੱਕ ਸੱਚ ਦੀ ਲਹਿਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੋ ਇਸੇ ਹੀ ਤਰ੍ਹਾਂ ਇਸ ਦੇ ਵਿੱਚ ਜਿੱਥੇ ਵਖ ਵਖ ਕਿਰਤ ਕਰਨ ਵਾਲੇ ਵੀਰਾਂ ਨੇ ਸਹਿਯੋਗ ਦਿੱਤਾ ਉੱਥੇ ਵੱਖ-ਵੱਖ ਧਰਮਾਂ ਦੇ ਵੀਰ ਵੀ ਸ਼ਾਮਲ ਹੋਏ ਔਰ ਇਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਇੱਕ ਅਰਦਾਸ ਅਤੇ ਅਹਿਸਾਸ ਕੀਤਾ ਇਸ ਲਈ ਅੱਜ ਸਾਰੇ ਵੀਰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸਮੂਹ ਸੇਵਾਦਾਰ ਵੀਰ ਅਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕਿਸਾਨ ਸੰਘਰਸ਼ ਦੇ ਔਰ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਲਈ ਚੱਲ ਰਹੀ ਸੰਘਰਸ਼ ਦੇ ਵਿੱਚ ਆਪਣਾ ਭਰਪੂਰ ਸਹਿਯੋਗ ਅਤੇ ਯੋਗਦਾਨ ਪਾਇਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸਾਰੇ ਹੀ ਬਹੁਤ ਸੂਝਵਾਨ ਲੋਕਾਂ ਅਤੇ ਸੰਗਤ ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਇਹਨਾਂ ਦੁਆਰਾ ਦਿੱਤੇ ਜਾ ਰਹੇ ਸੰਦੇਸ਼ ਦੀਆਂ ਕਾਪੀਆਂ ਕਰਕੇ ਆਪਣੇ ਗਰੁੱਪਾਂ ਦੇ ਵਿੱਚ ਔਰ ਆਪਣੇ ਮੋਬਾਈਲਾਂ ਦੇ ਵਿੱਚ ਲਿਜਾ ਕਰਕੇ ਅੱਗੇ ਪਹੁੰਚਾਉਣ ਦਾ ਜਿਹੜਾ ਸੀ ਉਹ ਪਰਣ ਕੀਤਾ ਅਹਿਦ ਕੀਤਾ ਇਹ ਵੱਖ-ਵੱਖ ਬੈਨਰ ਜਿੱਥੇ ਸੰਗਤ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇ ਰਹੇ ਸਨ ਉੱਥੇ ਪੰਜਾਬ ਦੇ ਹਾਲਾਤ ਨੂੰ ਵੀ ਬਿਆਨ ਕਰ ਰਹੇ ਸਨ ਕਿ ਇਹ ਉਹ ਪੰਜਾਬ ਨਹੀਂ ਜਿਸ ਨੂੰ ਤੁਸੀਂ ਆਪਣੇ ਮੀਡੀਆ ਦੇ ਰਾਹੀਂ ਜਾਂ ਆਪਣੇ ਹੱਥ ਠੋਕਿਆਂ ਦੇ ਰਾਹੀਂ ਦਿਖਾਉਂਦੇ ਹੋ ਇਹ ਅੱਜ ਵੀ ਉਹ ਪੰਜਾਬ ਹੈ ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸਨ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਤਾਂ ਇਹ ਗੁਰੂ ਕੇ ਨਾਮ ਲੈਵਾ ਸਿੱਖ ਅੱਜ ਵੀ ਉਸ ਇਤਿਹਾਸ ਨੂੰ ਦਰਉਂਦੇ ਆ ਆਪਣੇ ਹੱਕ ਤੇ ਸੱਚ ਦੇ ਲਈ ਆਪਣੀ ਸਮੁੱਚੀ ਵੀਰਾਂ ਪੈਣਾ ਦੇ ਨਾਲ ਖੜੇ ਹਨ ਸੋ ਇਸੇ ਤਰ੍ਹਾਂ ਹੀ ਅੱਜ ਗੁਰੂ ਗਵਿੰਦ ਸਿੰਘ ਸਟਡੀ ਸਰਕਲ ਵੱਲੋਂ ਇਹ ਬਹੁਤ ਹੀ ਅਹਿਮ ਅਤੇ ਜਿਹੜਾ ਅੱਜ ਦਾ ਮੌਜੂਦਾ ਸਮੇਂ ਦੀ ਮੰਗ ਹੈ ਉਸ ਨੂੰ ਦਰਸਾਉਂਦੇ ਆ ਵੀਰਾਂ ਦੇ ਹੱਕ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਜਿਦੇ ਲਈ ਸਾਰੇ ਵੀਰ ਪੈਣਾ ਅਤੇ ਸੰਗਤ ਉਹ ਧੰਨਵਾਦ ਦੇ ਹੱਕਦਾਰ ਹਨ ਸੋ ਆਓ ਸਾਰੇ ਰਲ ਮਿਲ ਕੇ ਇਸ ਕਿਸਾਨੀ ਸੰਘਰਸ਼ ਲਈ ਜੋ ਹੱਕਾਂ ਤੇ ਸੱਚ ਦੇ ਲਈ ਲੜਿਆ ਜਾ ਰਿਹਾ ਹੈ ਉਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਆ ਆਪਣੇ ਸਿਰਾਂ ਦੀ ਗੁਰੂ ਸਾਹਿਬ ਜੀ ਅਰੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਵਰਤੋਂ ਕਰੀਏ ਕਿਉਂਕਿ ਸਿਰ ਸਿਰਫ ਕਟਵਾ ਕੇ ਹੀ ਭੇਟ ਨਹੀਂ ਕੀਤੇ ਜਾ ਸਕਦੇ ਇਸ ਵਡਮੁੱਲੀ ਸੋਚ ਨੂੰ ਗੁਰਮਤ ਦੇ ਅਨੁਸਾਰੀ ਕਰਕੇ ਹੱਕ ਤੇ ਸੱਚ ਦੇ ਲਈ ਵਿਚਾਰਾਂ ਕਰਨੀਆਂ ਹੱਕ ਤੇ ਸੱਚ ਦਾ ਪ੍ਰਚਾਰ ਕਰਨਾ ਹੱਕ ਤੇ ਸੱਚ ਦੇ ਸੰਦੇਸ਼ ਨੂੰ ਅੱਗੇ ਪਹੁੰਚਾਉਣਾ ਵੀ ਗੁਰੂ ਪਿਆਰਿਓ ਜਿਹੜਾ ਹੈ ਉਹ ਸੀਸਪੇਟ ਕਰਨਾ ਹੁੰਦਾ ਹੈ ਸੋ ਗੁਰੂ ਗਬਿੰਦ ਸਿੰਘ ਸਟਡੀ ਸਰਕਲ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਸੀ ਇਸ ਲਈ ਅੱਗੇ ਆਪ ਜੀ ਨੂੰ ਵੀ ਬੇਨਤੀ ਹੈ ਆਓ ਇਸ ਜਥੇਬੰਦੀ ਦਾ ਅਤੇ ਹੋਰ ਵੀਰਾਂ ਦਾ ਸਹਿਯੋਗ ਅਤੇ ਸਾਥ ਦੇ ਕੇ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਦੇ ਲਈ ਅੱਗੇ ਆਈਏ ਆਓ ਦੇਸ਼ ਅਤੇ ਕੌਮ ਤੇ ਸਮਾਜ ਦੀ ਸੇਵਾ ਕਰੀਏ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ